ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਬਾਸਰ ਕੇ ਗਿੱਲਾਂ, ਸੰਨ ਸਾਹਿਬ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਲੱਗਦਾ ਹੈਗਾ। ਵੀਰ ਅਵਤਾਰ ਸਿੰਘ ਹੁਣਾਂ ਦੇ ਘਰ ਆਏ ਹਾਂ ਦੋਸਤੋ, ਬਿਲਕੁਲ ਘਰੇਲੂ। ਅੱਜ ਜਿਹੜੇ ਪਸ਼ੂ ਦੋਸਤੋ ਤੁਹਾਨੂੰ ਦਿਖਾਉਣੇ, ਘਰੇਲੂ ਪਸ਼ੂ ਆ, ਬਿਲਕੁਲ ਸੇਲ ਦੇ ਲਈ ਅਵੇਲੇਬਲ ਨੇ। ਵੀਰ ਹੁਣੀ ਸੇਲ ਕਰਦੇ ਪਏ ਆ ਦੋਸਤੋ, ਜਿਹੜੇ ਵੀਰ ਨੂੰ ਪਸ਼ੂ ਪਸੰਦ ਆਉਣਗੇ, ਨੰਬਰ ਬਿਲਕੁਲ ਆਪਾਂ ਸਕਰੀਨ 'ਤੇ ਚੱਲਦੇ ਕਰ ਦਿਆਂਗੇ, ਨੰਬਰਾਂ 'ਤੇ ਤੁਸੀਂ ਕਾਲ ਕਰ ਲਿਓ, ਠੀਕ ਹੈ ਜੀ। ਬਾਸਰ ਕੇ ਗਿੱਲਾਂ ਪਿੰਡ ਦੀ ਦੋਸਤੋ ਗੱਲ ਕਰ ਲਈਏ, ਜਦੋਂ ਆਪਾਂ ਜਵਾਲ ਤੋਂ ਆਉਂਦੇ ਹਾਂ ਅਤੇ ਬਾਬਾ ਬੁੱਢਾ ਸਾਹਿਬ ਤੋਂ ਜਿਹੜੀ ਸੜਕ ਛਿਹਾਟਾ ਸਾਹਿਬ ਨੂੰ ਆਉਂਦੀ ਆ, ਇਸੇ ਸੜਕ ਦੇ ਉੱਪਰ ਦੋਸਤੋ ਪਿੰਡ ਢਾਂਡਕ ਸੇਲ ਵੀ ਆਉਂਦਾ, ਅਤੇ ਬਾਸਰ ਕੇ ਗਿੱਲਾਂ ਪਿੰਡ ਸੰਨ ਸਾਹਿਬ ਕਾਫੀ ਵੀਰ ਜਾਣਦੇ ਆ, ਜਿਹੜੇ ਇਸ ਏਰੀਏ ਦੇ ਆ ਜਾਂ ਇਹ ਪਾਸੇ ਏਰੀਏ ਦੇ ਵੀ ਹੈਗੇ ਆ, ਸਾਰੇ ਵੀਰ ਜਾਣਕਾਰ ਨੇ ਜਾਣਦੇ ਆ। ਸੰਨ ਸਾਹਿਬ ਬਾਸਰ ਕੇ ਗਿੱਲਾਂ ਤੁਸੀਂ ਖਾਸ ਵਿਜਿਟ ਕਰਨੀ ਆ। ਸੋ ਦੋਸਤੋ, ਅੱਜ ਤਰੀਕ ਤੁਸੀਂ ਜ਼ਰੂਰ ਨੋਟ ਕਰ ਲਓ, ਤਰੀਕ ਅੱਜ 10 ਮਾਰਚ। ਸਮਾਂ ਕੋਈ ਅੱਜ ਆਪਾਂ ਕਵਰ 'ਚ ਕਰ ਰਹੇ ਹਾਂ, ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ। ਪਸ਼ੂ ਤੁਹਾਨੂੰ ਆਪਾਂ 4 ਦਿਖਾਉਣੇ ਆ ਦੋਸਤੋ, 2 ਵੱਛੀਆਂ ਦਿਖਾਉਣੀਆਂ ਨੇ, ਇੱਕ ਵੱਛੀ ਗੱਬਣ ਚੈੱਕ ਪਾਸ ਆ, ਅਤੇ ਇੱਕ ਠੀਕ ਹੈ ਜੀ ਔਂਸਰ ਵੱਛੀ ਆ, ਅਤੇ 2 ਵੈੜਾਂ ਨੇ, ਇੱਕ ਵੈੜ ਬਿਲਕੁਲ ਤਾਜ਼ੀ ਸੂਈ ਸਫਾਈ ਆ, ਇੱਕ ਵੈੜ ਗੱਬਣ ਤਿਆਰੀ 'ਤੇ ਆ। ਪੂਰੀ ਡਿਟੇਲ ਜਿਹੜੀ ਦੋਸਤੋ ਓਨਰ ਅਵਤਾਰ ਸਿੰਘ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਸੋ ਵੈੜਾਂ ਚੰਗੀਆਂ ਨੇ, ਬਾਕੀ ਪੂਰਾ ਰਿਕਾਰਡ ਤੁਹਾਨੂੰ ਮਿਲ ਜੂਗਾ ਦੋਸਤੋ, ਠੀਕ ਹੈ ਜੀ। ਇਹ 2 ਵੈੜਾਂ ਜਿਹੜੀਆਂ ਦੋਸਤੋ ਆਪਾਂ ਤੁਹਾਨੂੰ ਦਿਖਾਉਣੀਆਂ ਨੇ, ਇਹਨਾਂ ਦੀ ਬਿਲਕੁਲ ਅੱਗੇ ਜਨਰੇਸ਼ਨ ਪਈਆਂ, ਅੱਗੇ 2 ਵੱਛੀਆਂ ਨੇ ਵੀਰ ਹੁਣ ਦੇ ਕੋਲ, ਇੱਕ ਵੱਛੀ ਜਿਹੜੀ ਹੁਣ ਬਿਲਕੁਲ ਤਾਜ਼ੀ ਸੂਈ ਆ, ਉਹਦੇ ਮਗਰ ਵੀ ਵੱਛੀ ਆ, ਉਹਦੀ ਵੀ ਪੂਰੀ ਇਨਫੋਰਮੇਸ਼ਨ ਆਪਾਂ ਓਨਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਆਓ ਚੱਲਦੇ ਹਾਂ ਵਧੇਰੇ ਡਿਟੇਲ ਦੇ ਲਈ ਵੀਰ ਅਵਤਾਰ ਸਿੰਘ ਹੁਣਾਂ ਦੇ ਕੋਲ। ਸਭ ਤੋਂ ਪਹਿਲਾਂ ਵੀਰ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਤ ਸਾਹਿਬ, ਕੀ ਹਾਲ ਜੀ? ਬਹੁਤ ਵਧੀਆ ਵੀਰ ਅਵਤਾਰ ਸਿੰਘ ਜੀ, ਠੀਕ ਠਾਕ ਹੋ? ਚੜ੍ਹਦੀ ਕਲਾ, ਚੜ੍ਹਦੀ ਕਲਾ ਸੰਤ ਸਾਹਿਬ। ਅੱਛਾ ਵੀਰ ਅਵਤਾਰ ਸਿੰਘ ਜੀ, ਜਿੱਦਾਂ ਕਿ ਆਪਾਂ ਦੱਸਿਆ ਭੈਣ ਭਰਾਵਾਂ ਨੂੰ ਵੀ ਘਰ ਦੇ ਪਸ਼ੂ ਆਪਣੇ, ਹਾਂਜੀ, ਮਤਲਬ ਕਿ 2 ਵੈੜਾਂ ਤੁਹਾਡੇ ਕੋਲ ਵੱਡੀਆਂ ਸੀਗੀਆਂ, ਉਹਨਾਂ ਦੀ ਜਨਰੇਸ਼ਨ ਹੀ ਆਪਣੇ ਕੋਲ, ਉਹਨਾਂ ਦੀ ਜਨਰੇਸ਼ਨ ਆ ਜੀ ਦੋਵੇਂ, ਠੀਕ ਹੈ ਜੀ, ਹਾਂਜੀ। ਲਓ ਦੋਸਤੋ, ਪਹਿਲਾਂ 2 ਵੱਡੀਆਂ ਵੈੜਾਂ ਜਿਹੜੀਆਂ ਤੁਹਾਨੂੰ ਪਰਲੇ ਪਾਸੇ ਖੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਉਹਨਾਂ ਦੀਆਂ ਜਿਹੜੀਆਂ ਪਹਿਲੇ ਸੂਬੇ ਦੀਆਂ ਇਹ ਬੱਚੀਆਂ ਨੇ, ਇਹਨਾਂ ਦੇ ਵਿੱਚੋਂ ਇੱਕ ਗੱਬਣ ਆ, ਇੱਕ ਔਂਸਰ ਆ, ਅਤੇ ਉਹ ਤੁਹਾਨੂੰ ਜਿਹੜੀ ਡਿਟੇਲ ਜਦੋਂ ਆਪਾਂ ਇਹਨਾਂ ਬੱਚੀਆਂ ਤੱਕ ਆਏ, ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜੂਗੀ, ਪੂਰਾ ਰਿਕਾਰਡ ਵੀਰ ਉਹਨਾਂ ਦੇ ਕੋਲ ਦਰਜ ਹੈਗਾ, ਉਹ ਤੁਹਾਨੂੰ ਮਿਲ ਜੂਗਾ। ਜਿਹੜੇ ਵੀਰ ਨੇ ਜਿਹੜੀ ਬੱਛੀ ਖਰੀਦਣੀ ਆ, ਕਿੰਨੇ ਟਾਈਮ ਦੀ ਗੱਬਣ, ਔਂਸਰ ਦਾ ਜਿਹੜੀ ਔਂਸਰ ਬੱਛੀ ਉਹ ਕਿੰਨੀ ਉਮਰ ਦੀ ਆ, ਪੂਰੀ ਡਿਟੇਲ ਮਿਲ ਜੂਗੀ। ਅਤੇ ਵੀਰ ਅਵਤਾਰ ਸਿੰਘ, ਪਹਿਲੇ ਨੰਬਰ ਤੋਂ ਸ਼ੁਰੂਆਤ ਜਿਹੜੀ ਆਪਾਂ ਇਸ ਗੱਬਣ ਵੈੜ ਤੋਂ ਕਰ ਲਾਂਗੇ, ਜਿਹੜੀ ਬਿਲਕੁਲ ਤਿਆਰੀ 'ਤੇ ਖੜੀ ਆ ਕਰਮਾਂ ਲਈ। ਸੰਧੂ ਸਾਹਿਬ, ਇਹਦੇ ਕਾਫੀ ਦਿਨ ਪੂਰੇ ਹੋ ਗਏ, ਕੱਲ੍ਹ ਦੇ? ਹਾਂਜੀ। ਓਕੇ ਜੀ। ਅਰੇ 2 ਦਿਨ ਮੈਨੂੰ ਲੱਗਦਾ ਵੀ ਹੋਰ ਖੜੇਗੀ। ਠੀਕ ਹੈ ਜੀ। ਬਿਲਕੁਲ ਇਹ ਪਿਓਰ ਲੇਵਾ ਵੇਖੋ ਇਹਦਾ, ਇਹ ਸਾਫ਼ ਬਿਲਕੁਲ, ਪਿਛਲੇ ਸੂਏ 20 ਲੀਟਰ ਇਹਦੇ ਮੈਂ ਚੁਆਇਆ ਸੀ। ਠੀਕ ਹੈ ਜੀ। ਹੁਣ 25 ਲੀਟਰ ਪਲੱਸ ਦੁੱਧ ਪਾਊਗੀ। ਠੀਕ ਹੈ ਜੀ। ਹਾਂਜੀ, ਪਹਿਲਾਂ ਤਾਂ ਥੱਲੇ 20 ਲੀਟਰ ਚੁਆਇਆ ਪਿਓਰ, ਜਿਤਨਾ ਮਰਜ਼ੀ ਸੰਧੂ ਸਾਹਿਬ ਹੱਥ ਲਓ। ਲਓ ਜੀ, ਸਲਾਹ ਕੇ ਦੋਸਤੋ, ਠੰਡੀ ਧੀਰੀ ਲੇਵੇ ਹਵਾਨੇ ਦੀ ਬਣਤਰ ਦੀ ਜੇਕਰ ਗੱਲ ਕਰੀਏ, ਜਿੰਨਾ ਕੁ ਗਾਂਹ ਨੂੰ ਦੋਸਤੋ ਹਵਾਨਾ, ਉਹਨਾਂ ਕੁ ਬੈਕ ਸਾਈਡ ਨੂੰ ਕਰਮਾਂ ਵਾਲੀਆਂ ਬਣਾ ਕੇ ਤਿਆਰ ਕੀਤਾ, ਅਤੇ ਅੱਜ ਭਲਕ ਅੱਜ ਦੇ ਜਿਹੜੇ ਦੋਸਤੋ ਦਿਨ ਪੂਰੇ ਹੋਏ ਆ, ਠੀਕ ਆ ਜੀ, ਦਿਨ ਪੂਰੇ ਕਰ ਗਈ ਆ ਕਰਮਾਂ ਵਾਲੀ, ਬਾਕੀ ਅੱਗੇ ਜਿੰਨੇ ਵੀ ਦਿਨ ਲੈ ਜੇ, ਉੱਪਰ ਲੈ ਜੂਗੀ, ਹੋ ਸਕਦਾ 2 ਲੈ ਜੇ, 3 ਲੈ ਜੇ। ਕੱਦ ਕਾਠ ਦੀ ਜੇਕਰ ਆਪਾਂ ਗੱਲ ਕਰ ਲਈਏ, ਅਤੇ ਕੱਦ ਕਾਠ ਵੱਡਾ ਬੈਠਦਾ, ਠੀਕ ਆ ਜੀ, ਵੱਡੇ ਕੱਦ ਕਾਠ ਦੇ ਵਿੱਚ ਨਸਲ ਬਰੀਡ ਪੂਰੀ ਆ। ਅੱਛਾ ਵੀਰ ਅਵਤਾਰ ਸਿੰਘ ਜੀ, ਇਸ ਵਾਰ ਕੀ ਉਮੀਦ ਕਰਦੇ ਵੀ, ਜਿੱਦਾਂ ਪਹਿਲਾਂ ਸੂਬੇ ਆਪਾਂ 20 ਲੀਟਰ ਦੀ ਚੁਆਈ ਕੀਤੀ ਆ, ਇਸ ਲੀਟਰ ਸੰਧੂ ਸਾਹਿਬ 25 ਲੀਟਰ ਪਲੱਸ ਦੁੱਧ ਪਾਊਗੀ। 25 ਲੀਟਰ ਦੀ? ਹਾਂਜੀ, ਇੱਕ ਕੰਡੇ ਤੇ ਤੋਲ ਕੇ ਦੇਵਾਂਗੇ ਦੁੱਧ। ਠੀਕ ਹੈ ਜੀ। ਹਾਂਜੀ, ਤੇ ਪਹਿਲੇ ਸੂਬੇ ਵੀ ਤੁਸੀਂ ਦੱਸਿਆ ਸੀ ਵੀ 2 ਵੈੜਾਂ ਜਿਹੜੀਆਂ ਵੱਡੀਆਂ, ਪਹਿਲੇ ਸੂਬੇ ਇਹਨਾਂ ਨੇ ਦੋਨੇ ਜਿਹੜੀਆਂ ਬੱਚੀਆਂ ਦਿੱਤੀਆਂ ਸੀ। ਹਾਂਜੀ, ਦੋਵਾਂ ਦੇ ਉਹ ਪਰਲੇ ਸਾਈਡ ਤੇ ਨੇ, ਦੋਵੇਂ ਬੱਚੀਆਂ ਹੀ ਆ ਇਹਨਾਂ ਦੀਆਂ, ਬੱਚੀਆਂ ਖੜੀਆਂ ਪਰਲੇ ਪਾਸੇ ਇਹਨਾਂ ਦੀਆਂ, ਦੂਜੇ ਸੂਏ ਦੋਵੇਂ ਗਾਵਾਂ ਜੀ। ਠੀਕ ਹੈ ਜੀ। ਹਾਂਜੀ ਹਾਂਜੀ, ਠੀਕ ਹੈ ਜੀ, ਬਹੁਤ ਵਧੀਆ। ਇੱਕੋ ਲੇਵਾ ਇਹ ਸੀਲ, ਬੇਸ਼ੱਕ ਜਿਹੜਾ ਬੱਚਾ ਮਰਜ਼ੀ ਚੋਲੇ। ਬਿਲਕੁਲ ਜੀ।
ਲਓ ਦੋਸਤੋ ਫਿਕਸ ਆਰਡਰ ਆ, ਕੰਪੈਕਟ ਜਿਹਾ ਆਰਡਰ ਆ ਕਰਮਾਲੀ ਦਾ, ਅਤੇ ਬਾਕੀ ਵਿਰਲਾ ਵੁਰਲਾ ਵੀ ਤੁਹਾਨੂੰ ਥੋੜ੍ਹਾ ਜਿਹਾ ਹੋਰ ਆਪਾਂ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਹ ਲਓ ਜੀ, ਠੀਕ ਆ। ਸੋ ਸਪੇਸ ਕਾਫੀ ਸੋਹਣੀ ਆ ਦੋਸਤੋ, ਚੌਂ ਥਣਾਂ ਦੀ ਸਪੇਸ ਕਾਫੀ ਸੋਹਣੀ ਆ, ਅਤੇ ਥਣ ਵੀ ਹੱਥੀ ਚਵਾਈ ਵਾਲਾ। ਅਤੇ ਵੀਰ ਅਵਤਾਰ ਸਿੰਘ ਜੀ, ਪਿਛਲੇ ਸੂਬੇ ਵੀ ਤੁਸੀਂ ਜ਼ਿਆਦਾ ਹੱਥੀ ਚਵਾਈ ਕਰਦੇ ਸੀ? ਉਦੋਂ ਸੰਧ ਸਾਹਿਬ ਹੱਥਾਂ ਨਾਲ ਚਵਾਈ ਕਰਦੇ ਸੀ। ਠੀਕ ਹੈ ਜੀ, ਹਾਂਜੀ ਠੀਕ ਹੈ। ਅਤੇ ਥੋੜ੍ਹਾ ਜਿਹਾ ਇੱਕ ਵਾਰੀ ਖੋਲ੍ਹ ਕੇ ਆਪਾਂ ਤੋੜ ਕੇ ਦਿਖਾ ਦਈਏ ਨੇੜੇ। ਖੋਲ੍ਹ ਕੇ ਲਓ ਦੋਸਤੋ, ਵੈੜ ਚੰਗੀ ਆ, ਬਹੁਤ ਵੇਰ ਪਸੰਦ ਕਰਨਗੇ, ਠੀਕ ਆ ਜੀ। ਚੰਗਾ ਪਸ਼ੂ ਧੰਨ ਆ। ਅਤੇ ਜਿਹੜੇ ਵੀ ਲੱਗੇ ਡੇਅਰੀ ਫਾਰਮਿੰਗ ਦਾ ਕੰਮ ਕਰਨ ਜਾ ਰਹੇ ਆ, ਠੀਕ ਆ ਜੀ, ਸ਼ੁਰੂਆਤ ਕਰਨੀ ਚਾਹੁੰਦੇ ਆ, ਚੰਗਾ ਪਸ਼ੂ ਲੱਭ ਰਹੇ ਜੀ, ਅਤੇ ਘਰੋਂ ਤੁਸੀਂ ਇਹ ਵੈੜ ਖਰੀਦ ਸਕਦੇ ਜੀ। ਅਤੇ ਕਈ ਵੀਰਾਂ ਦੀ ਹੁੰਦੀ ਹੈ ਡਿਮਾਂਡ ਵੀ ਘਰੋਂ ਪਸ਼ੂ ਖਰੀਦਿਆ ਜਾਵੇ, ਠੀਕ ਆ, ਕਿਉਂਕਿ ਪੂਰਾ ਰਿਕਾਰਡ ਮਿਲ ਜਾਂਦਾ ਪਿਛਲੇ ਸੂਬੇ ਦੇ ਵਿੱਚ ਕਿੰਨੀ ਮਿਲਕਿੰਗ 'ਤੇ ਪਸ਼ੂ ਚੱਲਿਆ। ਆਹ ਲਓ, ਹਾਂਜੀ ਇੱਕ ਤਾਂ ਕਿਹੜਾ ਹੋਰ ਵੀਰ ਜੀ ਦਵਾ ਦਈਏ। ਆਹ ਲਓ ਜੀ, ਲਓ ਜੀ। ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਦੋਸਤੋ ਬਣਾ ਕੇ ਤਿਆਰ ਕੀਤੀ ਕਰਮਾਲੀ ਨੇ। ਸੋ ਉਮੀਦ ਕਰ ਸਕਦੇ ਹਾਂ ਦੋਸਤੋ ਆਪਾਂ ਵੀ 25 ਤੋਂ ਪਲੱਸ ਚੱਲਣ ਦੀ ਪੂਰੀ ਸੰਭਾਵਨਾ ਇਸ ਵਾਰ, ਕਿਉਂਕਿ ਥਣ ਭਾਂਡਾ ਬਹੁਤ ਜ਼ਿਆਦਾ ਖੂਬਸੂਰਤ ਆ ਵੈੜ ਦਾ। ਸੰਧੂ ਸਾਹਿਬ ਵੰਗਾ ਪਾਉਣ ਦੀ ਵੀ ਨਹੀਂ ਲੋੜ, ਠੀਕ ਇਸ ਤਰ੍ਹਾਂ ਮਰਜ਼ੀ ਐਂ ਚੋਏ ਪੈ ਕੇ ਥੱਲੇ। ਠੀਕ ਹੈ ਜੀ, ਠੀਕ ਆ, ਹਾਂਜੀ। ਅੱਛਾ ਵੀਰ ਅਵਤਾਰ ਸਿੰਘ ਜੀ, ਡਿਮਾਂਡ ਇਹਦੀ ਕੀ ਰਹੂਗੀ, ਕਿੱਥੋਂ ਕੁ ਤੱਕ ਆਪਣੇ ਦੇਣ ਦੇ ਖਿਆਲ ਆ? ਸੰਧੂ ਸਾਹਿਬ ਫੋਨ 'ਤੇ ਕਰ ਲਾਂਗੇ ਜੀ, ਇਹਦਾ ਮੁੱਲ ਜਿਹੜਾ ਫੋਨ 'ਤੇ, ਫੋਨ 'ਤੇ ਕਰ ਲਾਂਗੇ। ਠੀਕ ਹੈ ਜੀ, ਹਾਂਜੀ ਹਾਂਜੀ। ਦੋਸਤੋ ਮੁੱਲ ਜਿਹੜੇ ਕੋਈ ਖਰੀਦਦਾਰ ਵੀਰ ਹੋਇਆ, ਚਾਹਵਾਨ ਵੀਰ ਹੋਇਆ, ਤਾਂ ਤੁਸੀਂ ਸੰਪਰਕ ਕਰ ਲਿਓ, ਮੁੱਲ ਫੋਨ 'ਤੇ ਹੋ ਜੂਗਾ। ਬਹੁਤ ਵਧੀਆ, ਚੰਗੀ ਆ, ਕਦ ਕਾਠ ਦੀ ਚੰਗੀ ਆ, ਬਾਕੀ 25 ਤੋਂ ਪਲੱਸ ਚੱਲਣ ਵਾਲੀ ਵੈੜ ਆ, ਅੱਗੇ ਕੋਈ ਚੰਗੀ ਸੇਵਾ ਕਰ ਲਊਗਾ। ਪਹਿਲੇ ਸੂਬੇ ਦਾ ਤੁਹਾਨੂੰ ਰਿਕਾਰਡ ਦੱਸਤਾ ਵੀ 20 ਕਿਲੋ ਦੀ ਚਵਾਈ ਇਸ ਵੈੜ ਦੀ ਹੋਈ ਆ, ਠੀਕ ਆ। ਅੱਗੇ ਵੀਰ ਆਪਣੇ ਕੋਲ ਸੈਕਿੰਡ ਨੰਬਰ 'ਤੇ ਜਿਹੜੀ ਆਹ ਵੈੜ ਹੈਗੀ ਜੀ, ਇਹ ਸੰਧੂ ਸਾਹਿਬ 26 ਫਰਵਰੀ ਦੀ ਸੂਈ ਜੇ। ਹਾਂ 26 ਫਰਵਰੀ ਦੀ, ਹਾਂਜੀ। ਤਕਰੀਬਨ ਅੱਜ 16-17 ਦਿਨ ਹੋ ਗਏ, 16-17 ਦਿਨ ਹੋ ਗਏ। ਉਹ ਐਵਰੈਸਟ ਕੰਪਨੀ ਦਾ ਨਟੀਆ ਭਰਿਆ ਸੀ, ਹਾਂਜੀ। ਉਹ ਵੱਛੀ ਹੈ ਇਹਦੀ, ਉਹ ਇੱਕ ਕੈਮਰਾ ਮਾਰ ਕੇ ਦਿਖਾ ਦਿਓ। ਲਓ ਵੀ ਇੱਕ ਵਾਰ ਦੋਸਤੋ ਇਹਦਾ ਬੱਚਾ ਦਿਖਾ ਦਿੰਦੇ ਹਾਂ, ਠੀਕ ਆ ਜੀ। ਇੰਪੋਰਟਡ ਸੀਮਨ ਦੀ ਆ, ਠੀਕ ਆ ਜੀ, ਆਪਣਾ ਐਵਰੈਸਟ ਸੀਮਨ ਦੀ ਇਹ ਖੁਦ ਆਪ ਆ ਬੱਚੀ, USA ਕੰਪਨੀ ਦਾ ਆਈ ਜੀ। ਅੱਜ ਤੋਂ ਦੋਸਤੋ ਗਰੋਥ ਵੇਖੋ ਤੁਸੀਂ, ਬੇਲ ਵੇਖੋ, ਹਾਈਟ ਕੱਦ ਦੀ ਬਹੁਤ ਪਿਆਰੀ ਆ ਬੱਚੀ। ਸੰਧੂ ਸਾਹਿਬ ਡੇਲੀ 10 ਲੀਟਰ ਦੁੱਧ ਪੀਂਦੀ ਜੀ। ਬਾਕੀ ਤੁਹਾਡੀ ਸੇਵਾ ਚੰਗੀ ਹੈ, ਬੱਚੇ ਜਿਵੇਂ ਪਹਿਲਾਂ ਤੁਹਾਡੇ ਨਾਲ ਰਲ ਗਏ ਆ, ਉਵੇਂ ਮੈਨੂੰ ਲੱਗਦਾ ਵੀ ਇਹ ਵੀ ਕੋਈ ਅੱਗੇ ਵੀ ਚੰਗੀ ਸੇਵਾ ਕਰ ਲਏ ਤੇ। ਐਵਰੈਸਟ ਦੀ ਦੋਸਤੋ ਬੱਚੀ ਆ, ਹੁਣ ਇਹਦੀ ਮਦਰ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ। ਇਹ ਵੀਰ ਇਹ ਵੀ ਦੂਜਾ ਸੂਬਾ ਹੀ ਸੂਈ ਆ, ਇਹ ਵੀ ਦੂਸਰਾ ਸੂਆ ਜੀ, ਪਹਿਲੇ ਸੂਏ ਵੀ ਆ ਸੀ, ਪਹਿਲੇ ਸੂਬੇ ਦੀ ਆਹ ਬੱਚਾ, ਆਹ ਬੱਚਾ ਪਹਿਲੇ ਸੂਏ। ਦੋਸਤੋ ਪਹਿਲੇ ਸੂਬੇ ਦੀ ਇਹ ਹੀਫਰ ਆਹ ਵੇਖ ਸਕਦੇ ਤੁਸੀਂ, ਸਟੇਟ ਪਰੇ ਦੇ ਵਿੱਚ ਆ, ਬਾਕੀ ਨਸਲ ਬਰੀਡ ਵੇਖ ਕੇ ਸਾਰੇ ਵੀਰੇ ਖਿਡਾਰੀ ਆ, ਜੱਜਮੈਂਟ ਤੁਸੀਂ ਕਰ ਲੈਣੀ ਆ। 4 ਥਾਣਾ ਕਰਨ ਵਾਲੀ ਇਸ ਬੱਚੀ ਦੇ ਪੂਰੇ, ਕੋਈ ਫੋਟ ਨਹੀਂ, ਕੋਈ ਛਾਂਗ ਨਹੀਂ ਗੀ। ਅਤੇ ਇਹ ਪਹਿਲੇ ਸੂਬੇ ਦੀ ਬੱਚੀ ਸੀਗੀ, ਹੁਣ ਦੂਜੇ ਸੂਬੇ ਦੀ ਜਿਹੜੀ ਐਵਰੈਸਟ ਸੀਮਨ ਤੋਂ, ਠੀਕ ਹੈ ਜੀ, ਉਹ ਬੱਚੀ ਆਈ ਆ। ਅਤੇ ਹੁਣ ਵੀਰ ਜੀ ਜਿੱਦਾਂ ਕਿ ਦੂਜਾ ਸੂਬਾ ਸੂਈ ਆ, ਅਤੇ ਹੁਣ ਇੱਥੇ ਥੱਲੇ ਦੁੱਧ ਕਿੰਨਾ 'ਚ 15-16-17 ਦਿਨਾਂ ਦੇ ਦੌਰਾਨ? 15-16 ਸਾਲਾਂ ਸੰਧੂ ਸਾਹਿਬ ਆਪਣਾ 20 ਲੀਟਰ ਦੁੱਧ ਚੋਂਦਾ ਜੀ ਥੱਲੇ। 20 ਲੀਟਰ, ਹਾਂਜੀ ਠੀਕ ਹੈ ਜੀ। ਹਾਂ 20 ਲੀਟਰ ਕੰਡੇ 'ਤੇ ਰੱਖ ਕੇ ਦੁੱਧ ਦੇਵਾਂਗੇ ਜੀ। ਹੁਣ ਬਿਲਕੁਲ ਮੌਕੇ 'ਤੇ ਆਪਾਂ, ਹਾਂਜੀ ਮੌਕੇ 'ਤੇ ਇਸ ਟਾਈਮ, ਠੀਕ ਹੈ, 20 ਲੀਟਰ ਦੁੱਧ ਚੋਂਦਾ। ਠੀਕ ਹੈ ਜੀ। ਲਓ ਦੋਸਤੋ ਹੁਣ 20 ਲੀਟਰ ਇਸ ਵੈੜ 'ਤੇ ਥੱਲੇ ਦੁੱਧ ਮੌਜੂਦ ਆ, ਠੀਕ ਆ। ਅਤੇ ਨੋਰਮਲ ਘਰੇਲੂ ਘਰ ਦੇ ਵਿੱਚੋਂ ਅੱਜ ਆਪਾਂ ਇਹ ਦੋਸਤੋ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ, ਅਤੇ 20 ਲੀਟਰ ਦੀ ਇਹ ਖੁਦ ਮਾਲਕਣਾ ਕਰਮ ਵਾਲੀ। ਅਤੇ ਪਹਿਲਾ ਸੂਏ ਵੀਰ ਜੀ ਫਿਰ ਇਹਨੇ ਕਿੰਨਾ ਕੁ ਦੁੱਧ ਭਰਿਆ? ਪਹਿਲਾ ਸੂਏ ਇਹਨੇ ਸੰਧੂ ਸਾਹਿਬ 16 ਲੀਟਰ ਦੁੱਧ ਪਾ ਗਈ ਸੀ। ਲਓ ਜੀ ਪਹਿਲੇ ਸੂਬੇ ਦੋਸਤੋ ਕੋਈ 16 ਕੁ ਲੀਟਰ ਦੁੱਧ ਭਰਿਆ ਕਰਮਾਲੀ ਨੇ। ਬਾਕੀ ਬੇਨ ਬੁਣ ਕਾਫੀ ਸੋਹਣੀਆਂ ਹਵਾਨੇ ਦੇਵੇ, ਅਤੇ ਸਪੇਸ ਵਿਰਲ ਵੀ ਬਿਲਕੁਲ ਤੁਹਾਡੇ ਸਾਹਮਣੇ ਆ, ਠੀਕ ਆ ਜੀ। ਸੋ ਹੱਥੀ ਚਵਾਈ ਵਾਲਾ ਥਾਣਾ,
ਤੇ ਅੱਛਾ ਵੀਰ ਅਵਤਾਰ ਸਿੰਘ ਜੀ ਹੱਥੀ ਚਵਾਈ ਕਰਦੇ ਆ ਬਿਲਕੁਲ ਈਜ਼ੀ ਸੁਣਦੇ ਸਭ ਪੋਲੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਚਵਾਈ ਹੈ ਲਓ ਜੀ ਉਹੀ ਉਹ ਜੀ ਗੱਲ ਜੀ ਲਾਮੇ ਵਾਲੀ ਹੈਗੀ ਠੀਕ ਹੈ ਜੀ ਹਾਂਜੀ ਜੀ ਤੇ ਆਹ ਵੇਖੋ ਲਿਵਾ ਕੈ ਵਧੀਆ ਕੰਪੈਕਟ ਜੈਟ ਰਹਾ ਹਾਂਜੀ ਠੀਕ ਹੈ ਲੈ ਵੀਰ ਅਵਤਾਰ ਸਿੰਘ ਜੀ ਇਹਨੂੰ ਵੀ ਆਪਾਂ ਖੋਲ ਕੇ ਤੋੜ ਕੇ ਦਿਖਾਈਏ ਲਓ ਜੀ ਲਓ ਦੋਸਤੋ ਸੈਕਿੰਡ ਨੰਬਰ ਤੇ ਇਹ ਅਵਾਰਡ ਜਿਹੜੀ ਇਹ ਸੂਈ ਹੈ ਠੀਕ ਹੈ ਜੀ ਇਹ ਦੋ ਵਹਿੜਾਂ ਵੱਡੀਆਂ ਤੇ ਦੋ ਦੀ ਅੱਗੇ ਜਨਰੇਸ਼ਨ ਆ ਜਿਹੜੀ ਆਪਾਂ ਤੁਹਾਨੂੰ ਅੱਗੇ ਤੀਸਰੇ ਤੇ ਚੌਥੇ ਨੰਬਰ ਤੇ ਦਿਖਾਵਾਂਗੇ ਬੱਚੀਆਂ ਤੇ ਇਹ ਜਿਹੜੀ ਆ ਦੂਜਾ ਸੂਆ ਸੂਈ ਹੈ ਅਵਾਰਡ ਠੀਕ ਹੈ ਇਹ ਫਿਰ ਜ਼ਿਆਦੀਆਂ ਖੁੱਲੀਆਂ ਵੀ ਰਹਿੰਦੀਆਂ ਹੈ ਜੀ ਇਹ ਮੈਂ ਸੰਧੂ ਸਾਹਿਬ ਦਿਨੇ ਖੁੱਲੀਆਂ ਛੱਡ ਛੱਡਦਾ ਠੀਕ ਹੈ ਜੀ ਠੀਕ ਹਾਂਜੀ ਇੱਥੇ ਪਹਿਲਾਂ ਖੁੱਲੀਆਂ ਰਹਿੰਦੀਆਂ ਦਿਨੇ ਠੀਕ ਹਾਂਜੀ ਹਾਂਜੀ ਥੋੜ੍ਹਾ ਘੁਮਾ ਦਿਓ ਨੇੜਿਓ ਘੁਮਾ ਦਿਓ ਥੋੜ੍ਹਾ ਜਿਹਾ ਹਾਂਜੀ ਹਾਂਜੀ ਲਓ ਵੀ ਦੋਸਤੋ ਕਰੋ ਚੈੱਕ ਸੋ ਕਾਫੀ ਸੋਹਣਾ ਹਵਾਨਾ ਲੇਵਾ 20 ਕਿਲੋ ਹੁਣ ਦੋਸਤੋ ਮੌਕੇ ਤੇ ਚੱਲ ਰਹੀ ਆ ਦੂਜਾ ਸੂਆ ਸੂਈ ਆ ਅੱਜ 15-16 ਦਿਨਾਂ ਦਾ ਸਮਾਂ ਇੱਕ ਵਾਰੀ ਫਿਰ ਕਨਫਰਮ ਆਪਾਂ ਕਰਾ ਦਿੰਦੇ ਹਾਂ ਠੀਕ ਹੈ ਜੀ ਤੇ ਮਗਰ ਵੀ ਬੱਚੀ ਆ ਬੱਚੀ ਵੀ ਤੁਹਾਨੂੰ ਦੱਸ ਦਿੱਤੀ ਆ ਵੀ USA ਐਵਰੈਸਟ ਸੀਮੈਂਟ ਦੀ ਆਪ ਮਗਰ ਬੱਚੀ ਇਹਦੇ ਤੇ ਬਹੁਤ ਖੂਬਸੂਰਤ ਜੋੜੀ ਆ ਬਾਕੀ ਚਾਹ ਬਾਣ ਵੀਰ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਜੇ ਹਾਂਜੀ ਠੀਕ ਹੈ ਵੀਰ ਜੀ ਲਾਇਓ ਲੋ ਵੀ ਦੋਸਤੋ ਠੀਕ ਆ ਸੰਧੂ ਸਾਹਿਬ ਦੋਵੇਂ ਬੜੀਆਂ ਪੋਲੀਆਂ ਵੈੜਾਂ ਨੇ ਹਾਂ ਬਹੁਤ ਖੂਬਸੂਰਤ ਵੈੜਾਂ ਦੋਵੇਂ ਚੰਗੀਆਂ ਜੀ ਲਓ ਦੋਸਤੋ ਵੈੜਾਂ ਦੋਵੇਂ ਬਕਾਊ ਨੇ ਠੀਕ ਆ ਜੀ ਤੇ ਗਾਂ ਇਹਨਾਂ ਦੀਆਂ ਬੱਚੀਆਂ ਵੀ ਬਕਾਊ ਉਹ ਵੀ ਆਪਾਂ ਇਨਫੋਰਮੇਸ਼ਨ ਲੈ ਲਾਂਗੇ ਤੇ ਵੀਰ ਅਵਤਾਰ ਸਿੰਘ ਜੀ ਇਹਦੀ ਡਿਮਾਂਡ ਕੀ ਰਹੂਗੀ ਇਹਦੀ ਡਿਮਾਂਡ ਸੰਧੂ ਸਾਹਿਬ 85,000 ਰੁਪਇਆ 85,000 ਹਾਂ ਬਾਕੀ ਮੌਕੇ ਤੇ ਥੋੜਾ ਬੜਾ ਮਾਣ ਕਰ ਲਾਂਗੇ ਭੈਣ ਭਰਾ ਦਾ ਠੀਕ ਹੈ ਜੀ ਹਾਂਜੀ ਕੋਈ ਦੂਰੋਂ ਨੇੜੇ ਆਉਂਦਾ ਹਾਂਜੀ ਹਾਂਜੀ ਉਹ ਕਰ ਲਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਵਿੱਚੋਂ ਮਾਨਤਾਨ ਹੋ ਜਾਊਗਾ ਛੋੜ ਛੱਪੇ ਹੋ ਜਾਣਗੇ 85,000 ਠੀਕ ਹੈ ਜੀ ਡਿਮਾਂਡ ਆ ਲੈਣ ਦੇਣ ਜਿਹੜਾ 85 ਆ ਵਿੱਚੋਂ ਛੋੜ ਛੱਪੇ ਹੋ ਜਾਣਗੇ ਖੁੱਲ੍ਹੇ ਸੰਪਰਕ ਕਰ ਲਿਓ ਬਾਕੀ ਚੰਗੀ ਆ ਚਵਾਈ ਚਵੂਈ ਦੀ ਸਾਫ਼ ਸੁਥਰੀ ਆਪਣੀ ਕੋਈ ਦੋ ਟਾਈਮ ਕੋਈ ਤਿੰਨ ਟਾਈਮ ਆ ਕੇ ਚੋਗੇ ਤਸੱਲੀ ਕਰ ਸਕਦਾ ਠੀਕ ਆ ਅੱਗੇ ਦੋ ਵਹਿੜੀਆਂ ਜਿਹੜੀ ਦੋਸਤੋ ਦਿਖਾਉਣੀਆਂ ਦੋ ਬੱਚੀਆਂ ਦਿਖਾਉਣੀਆਂ ਨੇ ਔਫਸਰ ਇੱਕ ਬੱਚੀ ਜਿਹੜੀ ਆ ਇਹ ਇਸੇ ਦੀ ਧੀ ਦੱਸਣੀ ਇਹ ਇਸੇ ਦੀ ਧੀ ਜੇ ਸੰਧੂ ਸਾਹਿਬ ਪਹਿਲੇ ਸੂਏ ਦੀ ਕੋਈ ਹੋ ਗਈ ਤਕਰੀਬਨ ਕੋਈ 13 ਕੁ ਮਹੀਨੇ ਦੀ ਇਹ 12 ਮਹੀਨਿਆਂ ਦੀ 12 ਕੁ ਮਹੀਨਿਆਂ ਦੀ ਵੀ ਸਾਲ ਪਿੱਛੋਂ ਸੂਪੀ ਹੈ ਹਾਂਜੀ ਠੀਕ ਹੈ ਜੀ ਲੋਕ ਉਸ ਤੋਂ 12 ਕੁ ਮਹੀਨੇ ਉਮਰ ਆ ਇਸ ਬੱਚੀ ਦੀ ਤੇ ਕਦਕਾਰ ਸੋਹਣਾ ਬੱਚੀ ਦਾ ਠੀਕ ਆ ਜੀ ਜਿਹੜੀ ਸੰਧੂ ਸਾਹਿਬ ਪਹਿਲਾਂ ਲੱਗੇ ਸੀ ਇਹਨੂੰ ਪ੍ਰੋਟੀਗਾ ਪਰ ਡਾਕਟਰ ਨੇ ਕਿਹਾ ਅਜੇ ਨਾ ਰੁਕ ਜਾਓ ਅਜੇ ਅੱਛਾ ਜੀ ਉਮਰ ਵੈਸੇ ਇੱਕ ਹੀ ਇਹਨਾਂ ਦੀ ਕੋਈ 10 ਕੁ ਦਿਨਾਂ ਦਾ ਫਰਕ ਆ ਬਾਹਲਾ ਫਰਕ ਨੀ ਗਾ 10 ਕੁ ਦਿਨ ਇਹ 10 ਕੁ ਦਿਨ ਛੋਟੀ ਆ ਉਹ ਵੱਡੀ ਆ ਠੀਕ ਆ ਪਰ ਉਹ ਗੱਭਣ 4 ਮਹੀਨਿਆਂ ਦੀ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾ ਦਾਂਗੇ 4 ਮਹੀਨੇ ਦੀ ਗੱਭਣ ਇਹ ਆਪਣੀ ਲਾਈਫ ਹੈਗੀ ਜੀ ਦੇਖੋ ਠੀਕ ਹੈ ਜੀ ਆਹ ਦੇਖੋ ਹਾਂ ਹਾਂ ਠੀਕ ਹੈ ਜੀ ਲੇਬਟੀ ਬਣਾਉਣੀ ਹੌਲੀ ਹੌਲੀ ਸ਼ੁਰੂ ਕਰਤੀ ਕਰਮਾਲੀ ਨੇ ਹਾਂਜੀ ਤੇ ਵੈਸੇ
ਚਾਰ ਮਹੀਨੇ ਹੁਣ ਕੰਪਲੀਟ ਹੋ ਗਏ, ਪੰਜਵਾਂ ਸਟਾਰਟ ਹੋ ਗਿਆ ਜੀ, ਪੰਜਵਾਂ ਇਹਨੂੰ ਆਪਣਾ ਸੰਧੂ ਸਾਹਿਬ 16 ਤਰੀਕ ਨੂੰ ਲੱਗ ਜਾਣਾ ਜੀ, 16 ਮਾਰਚ ਨੂੰ। ਠੀਕ ਹੈ ਜੀ, ਹਾਂਜੀ ਠੀਕ ਹੈ ਜੀ, ਬਹੁਤ ਕਰਮ ਵਾਲੀ ਟੌਪ ਦੀ ਵੜਿਆ। ਇਹਦੀ ਮਦਰ ਫਿਰ ਪਰਲੀ ਆ ਜੀ, ਜਿਹੜੀ ਮਦਰ ਉਹ ਪੈਲੀ ਆ ਜਿਹੜੀ ਹੁਣ ਸੂਣ ਵਾਲੀ ਆ, ਜਿਹੜੀ ਸੂਣ ਵਾਲੀ ਨਾ, ਇਹ ਤਾਂ ਮਤਲਬ ਤੂੰ ਦੱਸਿਆ 25 ਲੀਟਰ ਤੋਂ ਬਾਹਰ ਚੱਲਣ ਦੀ। ਹਾਂਜੀ ਇਹਦੀ ਮਾਂ, ਉਹ ਇਹਦੀ ਮਦਰ। ਹਾਂਜੀ ਮਤਲਬ ਦੋਸਤੋ, ਜਿਹੜੀ ਇਹਦੀ ਮਦਰ ਆਪਾਂ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਸੀ, ਇੱਕ ਵਾਰੀ ਚੰਗੀ ਤਰ੍ਹਾਂ ਫਿਰ ਮੇਰਾ ਵੀਰ ਵੇਖ ਲਿਓ, ਜਿਹੜੇ ਕੋਈ ਵੀਰ ਦੇ ਮਨ ਦੇ ਕੋਈ ਸ਼ੰਕਾ ਨਾ ਰਹਿ ਜੇ, ਮਦਰ ਵੀ ਸਾਹਮਣੇ ਆ ਤੇ ਇਹ ਡਾਕਟਰ ਉਹਦੀ, ਇਹ ਧੀ ਆ ਉਹਦੀ ਤੇ ਮਾਂ ਹੈ ਜੀ। ਪਹਿਲਾਂ ਆਪਾਂ ਤੁਹਾਨੂੰ ਦਿਖਾਤੀ ਆ ਬੱਚੀਆਂ, ਦੋਵੇਂ ਵਿਕਾਊਗਾ ਦੋਸਤੋ ਨਾਲ, ਇਹ ਜਿਹੜੀਆਂ ਪਹਿਲੇ ਪਹਿਲੇ ਸੂਏ ਦੀਆਂ ਜਿਹੜੀਆਂ ਬੱਚੀਆਂ ਨੇ ਇਹ ਵੀ ਨਾਲ ਵਿਕਾਊਗਾ, ਇਹਨਾਂ ਦਾ ਰੇਟ ਆਪਾਂ ਪੁੱਛ ਲੈਂਦੇ ਹਾਂ। ਠੀਕ ਹੈ ਜੀ, ਅਤੇ ਚਾਰ ਥਾਂ ਕਰਮ ਵਾਲੀਆਂ ਦੇ, ਕੋਈ ਫੋੜ ਨਹੀਂ ਕਿਸੇ ਤਰ੍ਹਾਂ ਦੀ, ਕੋਈ ਛਾਂਕ ਨਹੀਂ ਗੀ। ਅੱਛਾ ਵੀਰ ਅਵਤਾਰ ਸਿੰਘ, ਜੇਕਰ ਇਸ ਅਵਸਰ ਬੱਚੀ ਦੀ ਗੱਲ ਕਰ ਲਈਏ, ਬਣੀ ਨਹੀਂ ਗੀ, ਚੱਲ ਅੱਗੇ ਕੋਈ 2-4 ਮਹੀਨੇ ਸਾਂਭਲੇ ਅਤੇ ਵੱਤਰ ਆ ਜਾਣੇ ਸੰਧੂ ਸਾਹਿਬ ਆਪਣਾ, ਕੋਈ 2-4 ਮਹੀਨੇ ਸਾਂਭ ਕੇ ਨਾ। ਹਾਂਜੀ ਹਾਂਜੀ, ਤੇ ਵੱਤਰ ਚ ਆਉਣ ਵਾਲੀ ਹੈ ਜੀ। ਬਿਲਕੁਲ ਜੀ, ਹਾਂਜੀ ਹਾਂਜੀ। ਤੇ ਇਹਦਾ ਮੁੱਲ ਆਪਾਂ ਕੀ ਕਰਦੀ ਹੈ ਜੀ, ਕਿੱਥੋਂ ਤੱਕ ਦੇ ਦਾਂਗੇ? ਸੰਧੂ ਸਾਹਿਬ 25,000 ਤੇ ਦੇ ਦਾਂਗੇ। 25,000 ਦੀ? ਹਾਂਜੀ। ਤਾਂ ਦੋਸਤੋ 25,000 ਦੇ ਵਿੱਚ ਤੁਹਾਨੂੰ ਇਹ ਬੱਛੀ ਮਿਲ ਜੂਗੀ। ਸੋਹਣੀ ਬੱਛੀ ਆ, ਚੰਗੀ ਆ, ਕੋਈ ਵੀਰ ਅੱਗੇ ਸ਼ੌਂਕ ਨਾ ਰੱਖਣਾ ਚਾਹੁੰਦਾ ਅਤੇ ਮਦਰ ਦਾ ਮਿਲਕ ਵੀ ਹੁਣ ਜਿਹੜਾ 20 ਕਿਲੋ ਆ ਦੂਜੇ ਸੂਬੇ ਦੇ ਵਿੱਚ ਹੁਣ ਮੌਕੇ 'ਤੇ ਚੱਲ ਰਿਹਾ, ਜਿਹੜੀ ਆਪਾਂ ਇਹਦੀ ਨਾਲ ਖੜੀ ਮਦਰ ਤੁਹਾਨੂੰ ਨਾਲ ਹੀ ਦਿਖਾਤੀ ਸੀਗੀ। ਠੀਕ ਹੈ ਜੀ, ਅਤੇ 12 ਤੇ 12 ਕੁ ਮਹੀਨੇ ਸਾਰੀ ਉਮਰ ਆ ਬੱਛੀ ਦੀ, ਬਿਲਕੁਲ ਕੋਈ 2-4 ਮਹੀਨੇ ਤੁਸੀਂ ਸੇਵਾ ਕਰਕੇ ਅਤੇ ਗੱਭਣ ਕਰਵਾ ਸਕਦੇ ਜੇ। ਅਤੇ ਇੱਕ ਜਿਹੜੀ ਆਹ ਤੁਹਾਨੂੰ ਬੱਛੀ ਦਿਖਾਈ ਨਾ, ਇਹ ਗੱਭਣ ਆ 4 ਮਹੀਨੇ ਕੰਪਲੀਟ ਹੋ ਗਏ ਆ, 14 ਮਾਰਚ ਤੋਂ ਦੋਸਤੋ ਪੰਜਵਾਂ ਮਹੀਨਾ ਸਟਾਰਟ, 15-14 ਤੋਂ ਜੀ, 16 ਤਰੀਕ ਨੂੰ ਲੱਗ ਜਾਣਾ ਜੀ ਪੰਜਵਾਂ ਮਹੀਨਾ, ਫਿਰ 16 ਮਾਰਚ ਤੋਂ। ਹਾਂਜੀ ਲਓ ਵੀ 16 ਮਾਰਚ ਤੋਂ ਦੋਸਤੋ ਪੰਜਵਾਂ ਮਹੀਨਾ ਲੱਗ ਜਾਣਾ ਇਸ ਵੈੜ ਨੂੰ, ਬਾਕੀ ਆਹ ਤੁਹਾਨੂੰ। ਸੋ 44-40 ਸੋਹਣੀ ਤਿਆਰ ਕਰ ਰਹੀ ਹੈ ਕਰਮ ਵਾਲੀ, ਅਤੇ ਕੱਦ ਵੀ ਇਹਦਾ ਸੋਹਣਾ। ਠੀਕ ਆ ਜੀ, ਜਿਹੜੀ ਪਹਿਲਾਂ ਮੱਛੀ ਦਿਖਾਈ ਉਹਦੇ ਨਾਲੋਂ ਪਲੱਸ ਪੁਆਇੰਟ ਆ, ਉਹਦੇ ਤੋਂ ਪਲੱਸ ਹਾਈਟ ਆ। ਠੀਕ ਆ, ਪਰ ਇਹ ਬਣੀ ਹੈ ਵੀ ਕੱਦ ਵੀ ਜੇ ਮਾਂ ਜੀ ਦੀ, ਮਦਰ ਆਪਣੀ ਮਦਰ ਤੇ ਗਈ ਚਲੀ ਜੇ। ਹਾਂਜੀ ਮਦਰ ਤੇ ਗਈ ਜੇ। ਠੀਕ ਹੈ ਜੀ, ਹਾਂਜੀ। ਅੱਛਾ ਵੀਰ ਅਵਤਾਰ ਹੋਊਗੀ ਵੀ ਵੈਸੇ ਚੰਗੇ ਸੀਮਰ ਦੀ, ਚਲੋ ਚੰਗੇ ਸੀਮਰ ਦੀ ਆ ਜੀ। ਇਹ ਸਾਰਾ ਸੰਧੂ ਸਾਹਿਬ ਜਦੋਂ ਵੀ ਕੋਈ ਵੀਰ ਫੋਨ ਕਰੇਗਾ, ਹਾਂਜੀ ਇਦਾਂ ਦਾ ਸਾਰਿਆਂ ਦਾ ਰਿਕਾਰਡ ਹੈਗਾ ਮੇਰੇ ਕੋਲ ਆਪਣਾ ਡੈਰੀ ਤੇ ਜੀ, ਮੈਂ ਸਾਰਾ ਫੋਨ ਤੇ ਆਪਾਂ ਦੱਸੂਗਾ। ਠੀਕ ਹੈ ਜੀ, ਹਾਂਜੀ ਜੀ। ਲਓ ਦੋਸਤੋ ਰਿਕਾਰਡ ਤੁਹਾਨੂੰ ਪੂਰਾ ਮਿਲ ਜੂਗਾ, ਤੇ ਇਹ ਗੱਭਣ ਵੱਛੀ ਵੀ ਕਿਸੇ ਵੀਰ ਨੇ ਖਰੀਦਣੀ ਆ, ਉਹ ਵੀ ਤੁਸੀਂ ਖਰੀਦ ਸਕਦੇ ਹੋ ਜੀ। ਅੱਛਾ ਵੀਰ ਅਵਤਾਰ ਜੀ, ਅੱਜ ਇਹਦੀ ਕੀ ਕੀਮਤ ਰਹੂਗੀ ਗੱਭਣ ਦੀ? ਇਹ ਸੰਧੂ ਸਾਹਿਬ 55,000 ਤੇ ਛੱਡ ਦੇਣਗੇ। 55,000 ਦੀ? ਹਾਂਜੀ। ਲਓ ਦੋਸਤੋ 55,000 ਦੀ ਇਹ ਤੁਹਾਨੂੰ ਵੈੜ ਮਿਲ ਜੂਗੀ। ਗੱਭਣ ਚੈੱਕ ਪਾਸ ਆ, 2-2.5 ਮਹੀਨੇ ਦੀ ਆਪ ਚੈੱਕ ਕਰਵਾ ਲਈ ਸੀਗੀ, ਅਤੇ ਗੱਭਣ 4th ਮਹੀਨਾ ਦੋਸਤੋ ਕੰਪਲੀਟ ਹੋ ਜਾਣਾ, 5th ਸਟਾਰਟ ਹੋ ਜਾਣਾ 16-15 ਮਾਰਚ ਤੋਂ। ਅਤੇ 55,000 ਕੀਮਤ ਆ ਮਦਰ ਮਿਲ, ਜਿਹੜਾ ਮਦਰ ਆਪਾਂ ਤੁਹਾਨੂੰ ਇਹਦੀ ਪਹਿਲੇ ਨੰਬਰ 'ਤੇ ਦਿਖਾਈ ਆ, ਉਹ ਇਹਦੀ ਮਦਰ ਆ। ਠੀਕ ਆ, ਅਤੇ ਇਹ 4 ਪਸ਼ੂ ਅੱਜ ਵੀਰ ਅਵਤਾਰ ਸਿੰਘ ਹੋਣਾਂ ਦੇ ਕੋਲ ਵਿਕਾਊ ਨੇ, ਅਤੇ ਘਰ ਦੇ ਪਸ਼ੂ ਆ ਦੋਸਤੋ, ਜਿਹੜੇ ਵੀਰ ਘਰੋਂ ਪਸ਼ੂ ਖਰੀਦਣਾ ਚਾਹੁੰਦੇ ਆ ਉਹ ਤੁਸੀਂ ਜ਼ਰੂਰ ਖਰੀਦਦਾਰੀ ਕਰ ਲਿਓ, ਕਿਉਂਕਿ ਰਿਕਾਰਡ ਪੂਰਾ ਇਹਨਾਂ ਵਹਿੜਾਂ ਦਾ ਤੁਹਾਨੂੰ ਮਿਲ ਗਿਆ, ਪੂਰਾ ਮਿਲ ਵੀ ਜਾਊਗਾ ਜੇ ਕਿਸੇ ਵੀਰ ਨੇ ਹੋਰ ਤਸੱਲੀ ਕਰਨੀ ਆ। ਉਹ ਤੁਸੀਂ ਇੱਕ ਹੋਰ ਗੱਲ ਕਰਨਾ ਚਾਹੁੰਦਾ, ਜੇ ਕਿ ਵੀ ਇਹਦੇ ਚਾਰੇ ਖਰੀਦਣੇ ਹੋਣਗੇ, ਚਾਰੇ ਇਕੱਠਾ ਸੌਦਾ ਹੋ ਜਾਏਗਾ। ਹਾਂਜੀ ਹਾਂਜੀ, ਹਾਂ ਫਿਰ ਆਪਣਾ ਮਾਨਤਾਨ ਹੋ ਜਾਏਗਾ, ਕਿਸੇ ਲਈ ਕੋਈ ਵੀਰ ਦੂਰੋਂ ਨੇੜੇ ਹੋ ਕਿਸੇ ਵੇਲੇ ਹੁੰਦਾ, ਮਤਲਬ ਫਾਰਮ ਦੇ ਵਿੱਚ ਜੇ ਪਸ਼ੂ ਸਾਰੇ ਪਾਉਣੇ ਆ ਕਿਸੇ ਨੇ। ਹਾਂ ਬਿਲਕੁਲ, ਮੇਰਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜੀ ਜੀ, ਹਾਂ ਮੈਂ ਥੋੜਾ ਜਿਹਾ ਆਪਣਾ ਸ਼ੈਡ ਦੀ ਚੇਨਿੰਗ ਕਰਕੇ ਜੀ ਜੀ, ਤੇ ਇਸ ਕਰਕੇ ਥੋੜਾ ਜਿਹਾ ਸੇਲ ਕਰਕੇ ਨਵੀਆਂ ਬਾਅਦ ਚ ਲਿਆਉਣੀਆਂ। ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ। ਲਓ ਵੀ ਦੋਸਤੋ, ਕਿਸੇ ਵੀਰ ਨੇ ਜੇਕਰ ਸਾਰੇ ਪਸ਼ੂ ਇਕੱਠੇ ਪਾਉਣੇ ਆ, ਇੱਕੋ ਘਰ ਦੇ ਵਿੱਚੋਂ ਸਾਰੇ ਪਸ਼ੂ ਲੈ ਕੇ ਜਾਣੇ ਆ, 2 ਤਾਂ ਇਹਨਾਂ ਦੀਆਂ ਮਦਰ ਤੇ 2 ਇਹਨਾਂ ਦੀਆਂ ਡਾਕਟਰ ਜਿਹੜੀਆਂ ਇਹਨਾਂ ਦੀਆਂ ਧੀਆਂ ਪਹਿਲੇ ਪਹਿਲੇ ਸੂਬੇ ਦੀਆਂ ਨੇ, ਉਹ ਵੀ ਤੁਸੀਂ ਲੈ ਕੇ ਜਾਣਾ ਚਾਹੁੰਦੇ, ਜੇ ਇੱਕੋ ਦਾ ਸੌਦਾ ਸਾਰੇ ਇਕੱਠੇ ਮਾਰ ਲਓਗੇ ਦੋਸਤੋ ਪਸ਼ੂਆਂ ਦਾ, ਤੇ ਵਿੱਚੋਂ ਲੈਸ ਹੋ ਜਾਊਗਾ ਕਾਫੀ, ਮਾਨਤਨ ਕਾਫੀ ਹੋ ਜਾਊਗਾ। ਇਸ ਕਰਕੇ ਮੇਰਾ ਵੀਰ ਆਓ, ਆਪਣੀ ਤਸੱਲੀ ਕਰ ਲਓ, ਅੱਖੀਂ ਵੇਖ ਲਓ, ਬਹੁਤ ਸੋਹਣੇ ਪਸ਼ੂ ਆ ਤੇ ਕੋਈ ਛੱਡ ਕੇ ਨਹੀਂ ਜਾਂਦਾ ਗਾ, ਇਕੱਠੀਆਂ ਦਾ ਸੌਦਾ ਮਾਰਨਾ ਇਕੱਠੀਆਂ ਦਾ ਮਾਰ ਲਿਓ। ਠੀਕ ਹੈ ਜੀ,
ਤੇ ਨੰਬਰ ਆਪਾਂ ਵੀਰ ਅਵਤਾਰ ਦੇ ਲੈ ਕੇ ਤੁਹਾਡੇ ਨਾਲ ਸਾਂਝੇ ਕਰਦੇ ਨੇ ਵੀਰ ਜੀ, ਨੰਬਰ ਬੋਲ ਦਈਏ ਆਪਣੇ। ਨੰਬਰ ਸੰਧੂ ਸਾਹਿਬ ਮੇਰਾ ਹੈਗਾ 95-92-93-44-42। ਠੀਕ ਹੈ ਜੀ, ਹਾਂਜੀ ਇੱਕੋ ਨੰਬਰ ਹੀ ਚੱਲਦਾ ਆਪਣੇ ਕੋਲ। ਇੱਕ ਨੰਬਰ ਹੋਰ ਮੇਰੇ ਕੋਲ 98-799-085-80। ਠੀਕ ਹੈ ਜੀ, ਹਾਂਜੀ। ਲਓ ਦੋਸਤੋ, ਇਹ ਸਨ ਮੇਰੇ ਨਾਲ ਵੀਰ ਅਵਤਾਰ ਸਿੰਘ, ਪਿੰਡ ਬਾਸਰ ਕੇ ਗਿੱਲਾਂ, ਸੰਨ ਸਾਹਿਬ ਤੁਸੀਂ ਵਿਜਿਟ ਕਰਨੀ ਆ। ਬਾਬਾ ਬੁੱਢਾ ਸਾਹਿਬ ਤੋਂ ਦੋਸਤੋ 4 ਕੁ ਕਿਲੋਮੀਟਰ ਦੀ ਦੂਰੀ ਆ। ਬਾਬਾ ਬੁੱਢਾ ਸਾਹਿਬ ਤੋਂ ਜਿਹੜੀ ਸੜਕ ਸ਼ਾਟਾ ਸਾਹਿਬ ਨੂੰ ਆਉਂਦੀ ਆ, ਇਸੇ ਸੜਕ ਦੇ ਉੱਪਰ ਸੰਨ ਸਾਹਿਬ ਬਾਸਰ ਕੇ ਗਿੱਲਾਂ ਪਿੰਡ ਆਉਂਦਾ। ਕਾਫੀ ਮਸ਼ਹੂਰ ਪਿੰਡ ਆ ਦੋਸਤੋ, ਸਾਰੇ ਵੀਰ ਇਤਿਹਾਸਿਕ ਪਿੰਡ ਆ, ਸਾਰੇ ਵੀਰ ਜਾਣੂ ਨੇ ਇਸ ਪਿੰਡ ਤੋਂ। ਆਓ ਆਪਣੀ ਆਣ ਕੇ ਨਰਕ ਪਰਖ ਕਰੋ, ਤਸੱਲੀ ਕਰੋ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।